ਪਿਛਲੇ ਕਈ ਮਹੀਨਿਆਂ ਤੋਂ ਅਲੋਪ ਰਹਿਣ ਵਾਲੇ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ। ਸਿੱਧੂ ਨੇ ਡਾਕਟਰਾਂ ਤੇ ਸਟਾਫ ਨੂੰ ਮਾਸਕ ਅਤੇ ਸੈਨੀਟਾਈਜ਼ਰ ਦਿੱਤੇ। ਇਸ ਦੌਰਾਨ ਨਵਜੋਤ ਸਿੱਧੂ ਮੀਡੀਆ ਤੋਂ ਦੂਰ ਹੀ ਰਹੇ। ਮੇਰਾ ਇੱਕ ਦੋਸਤ ਬੰਦਾ ਪਿਆ ਦਾਨਿਸ਼ਵੰਤ ਬੰਦਾ, ਉਹਨੇ ਇਹ ਸਾਰਾ ਕੁਛ ਕਰਕੇ ਦਿੱਤਾ। ਉਹਦਾ ਨਾਮ ਹੈ ਰਾਹੁਲ। ਉਹਨੇ ਇਹ ਵੀ ਮੈਨੂੰ ਪੁੱਛਿਆ ਵੀ ਜੇਕਰ ਉਹ ਵੀ ਤੁਸੀਂ ਪੁੱਛੋ ਕਿ ਜੇ ਤੁਹਾਨੂੰ ਵਧੀਆ ਕਿੰਨੀਆਂ ਕਈ ਮਿਨੀਮਮ ਕਿੰਨੀ ਸਕੀਮ ਗਈ ਹੈ? ਹਜ਼ਾਰ ਨਾਲ ਸਾਡੇ 500 ਚੱਲੇਗਾ। 1000 ਨਾਲ 200 ਜੀ, 1000 ਨਾਲ ਕਰਮਚਾਰੀਆਂ ਨੂੰ ਜਿੱਥੇ ਫੋਨ ਦੇ ਰਿਸ਼ਤੇ ਨਹੀਂ ਰਹੇ, ਪਰਿਵਾਰ ਵਾਲੇ ਬੰਦੇ ਆਪਣੇ ਨਾਤੀਆਂ ਨੂੰ ਛੱਡ ਕੇ ਤੁਰ ਗਏ, ਉੱਥੇ ਤੁਹਾਡਾ ਤਾਂ ਰੱਬੀ ਰਿਸ਼ਤਾ ਕਾਇਮ ਹੈ, ਅਜੇ ਤਾਂ ਕਾਇਮ ਹੈ, ਤੁਹਾਡਾ ਤਾਂ ਰੱਬੀ ਰਿਸ਼ਤਾ ਕਾਇਮ ਹੈ। ਅਤੇ ਜਿਹੜਾ ਇਹ ਰੱਬੀ ਰਿਸ਼ਤਾ ਹੈ ਇਹਨੂੰ ਸਲਾਮ। ਔਰ ਸੱਚੀ ਗੱਲ ਪੁੱਛੋ, ਜੇ ਮੇਰੇ ਵੱਸ 'ਚ ਹੁੰਦਾ, ਮੇਰੇ ਦਾਨਿਸ਼ਮੰਦ ਲੋਕਾਂ ਨੂੰ ਬੜੇ ਬੜਾ ਕੁਛ ਦਿੱਤਾ ਮੈਂ, ਉਹਨਾਂ ਦਾ ਸ਼ੁਕਰਾਨਾ ਮੈਂ ਰੋਜ਼ ਕਰਦਾ। ਮੇਰੇ ਵੱਸ 'ਚ ਹੁੰਦਾ ਨਾ, ਤਾਂ ਮੈਂ ਸਭ ਤੋਂ ਪਹਿਲਾਂ ਇਹ ਕਰਕੇ ਦਿੰਦਾ, ਪਰ ਕਿਉਂਕਿ ਖਾਣਾ ਵੰਡਣਾ ਸੀ ਨਹੀਂ, ਇਸ ਕਰਕੇ ਉਹ ਪਹਿਲ ਦਿੱਤੀ। ਮੈਂ ਪ੍ਰਿਆਸ ਕਰੂੰਗਾ ਤੁਹਾਡੇ ਹਿਸਾਬ ਕਿ 4-5 ਦਿਨਾਂ ਦੇ ਵਿੱਚ ਜੇ ਇਹਦਾ ਅਰੇਂਜਮੈਂਟ ਹੋ ਜਾਏਗਾ। ਤੁਹਾਨੂੰ ਸਲਾਮ, ਧੰਨਵਾਦ। ਜਿੱਥੇ ਖੂਨ ਦੇ ਰਿਸ਼ਤੇ ਨੇ, ਤੁਹਾਡਾ ਰੱਬੀ ਰਿਸ਼ਤਾ ਹੈ। ਇਹ ਇਸ ਤੋਂ ਵੱਡਾ ਧੰਨਵਾਦ ਸਰ ਤੁਹਾਡੇ।